ਮੈਂ ਅਮਰਤਪਾਲ ਨੂੰ ਕਹਿਣਾ ਚਾਹਨਾ ਕਿ ਬਹੁਤ ਛੇਤੀ ਤੇ ਬਿਨਾ ਕੁਰਬਾਨੀ ਤੋਂ ਤੇ ਬਿਨਾ ਜਾਣੇ ਪਛਾਣੇ ਲੋਕਾਂ ਨੇ ਤੈਨੂੰ ਆਪਣਾ ਲੀਡਰ ਮੰਨ ਲਿਆ ਯਾਰ ਸੋ ਮਾਨ ਸਨਮਾਨ ਜਿਹੜਾ ਤੈਨੂੰ ਮਿਲਿਆ ਵਾ ਉਹਨੂੰ ਸੰਭਾਲ ਕੇ ਰੱਖਣ ਦੀ ਲੋੜ ਐ ਇੱਕ ਵੱਡੇ ਆਗੂ ਵਾਂਗੂ ਔਰ ਆਪਣੇ ਮਨ ਦੇ ਵਿੱਚੋਂ ਹੰਕਾਰ ਆਪਣੇ ਮਨ ਚੋਂ ਕੱਢ ਕੇ ਚੱਲ ਤੂੰ ਭਰਾਵਾ ਇਹ ਨਕੀਆਂ ਨਕੀਆਂ ਗੱਲਾਂ ਦੇ ਉੱਤੇ ਐਡੇ ਐਡੇ ਵੱਡੇ ਹਾਦਸੇ ਕਰਦੇ ਨੇ ਸਿੱਖ ਦਾ ਦਿਲ ਜਿਹੜਾ ਉਹ ਵੱਡਾ ਹੋਣਾ ਚਾਹੀਦਾ ਵਾ ਛੋਟੀਆਂ ਛੋਟੀਆਂ ਗੱਲਾਂ ਤੋਂ ਉੱਪਰ ਜਿਹੜਾ ਉੱਠ ਕੇ ਉਹ ਚੱਲਣਾ ਚਾਹੀਦਾ ਵਾ ਇਹ ਮੰਨ ਕੇ ਚੱਲੋ ਕਿ ਸੋਸ਼ਲ ਮੀਡੀਆ ਦੇ ਉੱਤੇ ਵੱਖਰਾ-ਵੱਖਰਾ ਕਰਾਊਡ ਚੱਲਦਾ ਵਾ ਜਿਹਦੇ ਅਨਸਾਰ ਨਹੀਂ ਬੋਲੋਗੇ ਉਹ ਤੁਹਾਨੂੰ ਥੱਲੇ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣਗੇ ਉਹ ਨਹੀਂ ਵੇਖਣਗੇ ਤੁਹਾਡੀ ਮਾਂ ਐ ਅੱਗੇ ਵੇਂਦੀ ਉਹ ਨਹੀਂ ਵੇਖਣਗੇ ਤੁਹਾਡੀ ਭੈਣ ਵੇਂਦੀ ਆ ਉਹਨਾਂ ਦਾ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਨਾਂ ਨੂੰ ਤਾਂ ਇਹ ਲੱਗਦਾ ਵੀ ਜੋ ਬੋਲਣਾ ਸਾਡੇ ਅਨਸਾਰ ਹੀ ਬੋਲਿਆ ਜਾਵੇ ਔਰ ਦੂਜੀ ਚੀਜ਼ ਇਹ ਵੀ ਤੁਹਾਨੂੰ ਮੰਨਣਾ ਪਊਗਾ ਕਿ ਜੇ ਤੁਹਾਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੁਸੀਂ ਬਾਰ-ਬਾਰ ਡੈਮੋਕਰੇਸੀ ਦਾ ਹਵਾਲਾ ਦਿੰਦੇ ਹੋ ਫਿਰ ਆਪਣੀ ਗੱਲ ਰੱਖਣ ਦਾ ਸਾਰਿਆਂ ਨੂੰ ਅਧਿਕਾਰ ਹੈ ਪਰ ਸਭੇ ਇੱਕ ਤੌਰ ਦੇ ਉੱਤੇ ਕਿ ਚੰਗੀ ਭਾਸ਼ਾ ਦੇ ਵਿੱਚ ਦੂਜੀ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਅਮਰਤਪਾਲ ਕਿ ਮੈਂ ਤੇਰੇ ਜਿੱਡਾ ਲੀਡਰ ਤੇ ਨਹੀਂ ਮੰਨਦਾ ਭਰਾਵਾ ਆਪਣੇ ਆਪ ਨੂੰ ਪਰਚੇ ਮੇਰੇ ਤੇ ਵੀ ਹੋਏ 7-8 ਕੁਝ ਝੂਠੇ ਵੀ ਹੋਣਗੇ ਕੁਝ ਸੱਚੇ ਵੀ ਹੋਣਗੇ ਪਰ ਮੈਂ ਆਪਣੇ ਨਿੱਜੀ ਫਾਇਦੇ ਲਈ ਨਾ ਤੇ ਕਦੀ ਲੋਕਾਂ ਨੂੰ ਵਰਤਿਆ ਤੇ ਨਾ ਕਦੀ ਧਰਮ ਦਾ ਸਹਾਰਾ ਲਿਆ ਹਾਂ ਮੈਂ ਮੰਦਰ ਵੀ ਗਿਆ ਪਰਚਿਆਂ ਲਈ ਮੈਂ ਗੁਰਦੁਆਰੇ ਵੀ ਗਿਆ ਮੈਂ ਮਸੀਤੇ ਵੀ ਜਾਂਦਾ ਰਿਹਾ ਔਰ ਬਹੁਤ ਦੂਰ ਦੂਰ ਤੱਕ ਮੈਂ ਹੰਮਰ ਵੀ ਕਰਾ ਕੇ ਆਉਂਦਾ ਰਿਹਾ ਵਾ ਆਪ ਚੱਲ ਕੇ ਗਿਆ ਗੁਰੂ ਮਹਾਰਾਜ ਦੇ ਦਰ ਦੇ ਉੱਤੇ ਨਾ ਕਿ ਰੱਬ ਨੂੰ ਨਾਲ ਚੋਕ ਕੇ ਤੁਰਿਆ ਫਿਰਦਾ ਰਿਹਾ ਫਿਰ ਰੱਬ ਨੇ ਮੈਨੂੰ ਕੱਢਿਆ ਵੀ ਉਹਨਾਂ ਪਰਚਿਆਂ ਦੇ ਵਿੱਚੋਂ ਉਹਨਾਂ ਮੁਸੀਬਤਾਂ ਦੇ ਵਿੱਚੋਂ ਦੂਜੀ ਚੀਜ਼ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਪਰਚਾ ਸਾਡੇ ਉੱਤੇ ਗਲਤ ਹੋਇਆ ਔਰ ਦੂਜੇ ਪਾਸੇ ਤੁਹਾਡੇ ਚ ਹੰਕਾਰ ਕਿੰਨਾ ਬੋਲਦਾ ਜਿਹਦੇ ਤੁਸੀਂ ਆਪ ਹੀ ਮੰਨ ਰਹੇ ਹੋ ਤੁਸੀਂ ਦੂਜੇ ਪਾਸੇ ਇਹ ਕਹਿ ਰਹੇ ਹੋ ਕਿ ਜਿਹੜਾ ਸਾਡੇ ਖਿਲਾਫ ਬੋਲੂਗਾ ਅਸੀਂ ਉਹਨੂੰ ਛੱਡਣਾ ਨਹੀਂ ਫਿਰ ਇਹਨੂੰ ਕਿਵੇਂ ਛੱਡ ਦਿੱਤਾ ਫਿਰ ਇਹ ਪਰਚਾ ਤੇ ਕੋ ਸੱਚਾ ਹੀ ਹੋਇਆ ਹੋਊਗਾ ਨਾ ਚਲੋ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚ ਆਜੂਗਾ ਪਤਾ ਨਹੀਂ ਪੁਲਿਸ ਦਬਾਅ ਚ ਕੈਨਸਲ ਕਰਦੀ ਆ ਜਾਂ ਕੀ ਕਰਦੀ ਆ ਦੂਜੀ ਗੱਲ ਤੁਸੀਂ ਕੌਮ ਦੇ ਆਗੂ ਬਣੇ ਸੀਗੇ 30 30 ਸਾਲ ਤੋਂ ਜਿਹੜੇ ਬੰਦੀ ਸਿੰਘ ਬੰਦਿਆ ਉਹਨਾਂ ਦੀ ਰਿਹਾਈ ਜ਼ਿਆਦਾ ਜ਼ਰੂਰੀ ਸੀ ਮਾਰਚ ਕੱਢ ਕੇ ਕਿ ਜਿਹੜਾ ਬੰਦਾ 3 ਦਿਨ ਤੋਂ ਮਹਿਜ 3 ਦਿਨ ਤੋਂ ਜੇਲ੍ਹ ਦੇ ਵਿੱਚ ਬੰਦ ਸੀਗਾ ਉਹਦੀ ਰਿਹਾਈ ਜਿਹੜੀ ਜ਼ਿਆਦਾ ਜ਼ਰੂਰੀ ਸੀ ਤੁਸੀਂ ਜੇ ਸੱਚ ਚ ਕੌਮ ਦੇ ਆਗੂ ਹੋ ਤੇ ਫਿਰ ਬਹੁਤ ਸਾਰੇ ਮੁੱਦੇ ਨੇ ਕੌਮ ਕੋਲ ਬੇਦਬੀ 328 ਰੂਪ ਪਾਣੀਆਂ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਐਸਜੀਪੀਸੀ ਨੂੰ ਰਿਹਾ ਕਰਾਉਣ ਦਾ ਮੁੱਦਾ ਬਾਣੀ ਨੂੰ ਰਿਹਾ ਕਰਾਉਣ ਦਾ ਮੁੱਦਾ ਇਹਨਾਂ ਸਭ ਲਈ ਤੁਸੀਂ ਲੜਦੇ ਤੇ ਕੌਮ ਤੁਹਾਨੂੰ ਜਿਹੜਾ ਪ੍ਰਮਾਨਤ ਲੀਡਰ ਵੀ ਗਿਣਦੀ ਆਪਣੇ ਨਿੱਜੀ ਮਫਾਦਾਂ ਲਈ ਤੇ ਲੜਨਾ ਹੀ ਨਹੀਂ ਚਾਹੀਦਾ ਫਿਰ ਆਪਾਂ ਸਾਰੇ ਸਿੱਖਾਂ ਨੂੰ ਮੈਂ ਕੱਲੀ ਕੱਲੀ ਗੱਲ ਤੇਰੇ ਨਾਲ ਵੀ ਕਰਨ ਲੱਗਾ ਭਰਾਵਾ ਫਿਰ ਆਪਾਂ ਸਾਰੇ ਸਿੱਖਾਂ ਨੂੰ ਕਿਹਾ ਕਿ ਆਪਣੇ ਕੋਲ ਹਥਿਆਰ ਰੱਖੋ ਲੋਕਾਂ ਨੇ ਤੇਰੇ ਕਹਿਣ ਤੋਂ ਬਾਅਦ ਆਪ ਪੰਜਾਬ ਦੇ ਵਿੱਚ ਹਥਿਆਰ ਰੱਖਣੇ ਸ਼ੁਰੂ ਕੀਤੇ ਸੋਸ਼ਲ ਸਾਈਟਸ ਦੇ ਉੱਤੇ ਲੋਕਾਂ ਨੇ ਫੋਟੋਆਂ ਪਾਈਆਂ ਤੇਰੇ ਹਥਿਆਰ ਰੱਖਣ ਤੇ ਲਹਿਰਾਉਣ ਕਰਕੇ ਸਰਕਾਰ ਨੇ ਇੱਕ ਨਵਾਂ ਕਾਨੂੰਨ ਬਣਾ ਦਿੱਤਾ ਵੀ ਹਥਿਆਰ ਲਹਿਰਾਉਣ ਦੇ ਉੱਤੇ ਪਰਚਾ ਦਿੱਤਾ ਜਾਊਗਾ ਔਰ ਉਸ ਨਵੇਂ ਕਾਨੂੰਨ ਦੇ ਤਹਿਤ 3-400 ਬੰਦੇ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਜਿੱਚ ਬੱਚੇ ਵੀ ਨਹੀਂ ਬਖਸ਼ੇ ਤੇ ਜਨਾਨੀਆਂ ਵੀ ਨਹੀਂ ਬਖਸ਼ੀਆਂ ਉਹਨਾਂ ਦੇ ਪਰਚੇ ਰੱਦ ਕਰਾਉਣ ਲਈ ਜਿਹੜੇ ਤੇਰੇ ਕਰਕੇ ਹੋਏ ਸੀਗੇ ਆਪਾਂ ਉਹਨਾਂ ਲਈ ਤੇ ਕੋਈ ਰੋਸ ਮੁਜ਼ਾਰਾ ਨਹੀਂ ਕੀਤਾ ਉਹ ਜਿਹੜੇ ਤੇਰੇ ਮਗਰ ਲਾ ਕੇ ਅੱਜ ਪਰਚਿਆਂ ਚੁੱਲ੍ਹੇ ਫਿਰਦੇ ਨੇ ਉਹ ਤੋਂ ਅੱਗੇ ਆਜੋ ਸੰਦੀਪ ਸੰਨੀ ਜਿਨ੍ਹਾਂ ਦੇ ਤੇਰੇ ਭਾਸ਼ਣਾ ਤੋਂ ਪ੍ਰੇਰਿਤ ਹੋ ਕੇ ਜਿੱਚ ਕਹਿੰਦਾ ਸੀ ਸੋਧ ਦਿਓ ਫੜ ਲਓ ਵੇਖਣਾ ਨਹੀਂ ਉਥੇ ਵੇਟ ਥੋੜੀ ਕਰਨੀ ਆ ਉਹਨੇ ਨੇ ਸੂਰੀ ਨੂੰ ਮਾਰਿਆ ਉਸ ਸੰਦੀਪ ਸੰਨੀ ਦੀ ਵੀ ਉਸ ਦਰਾਨ ਆਪਣੀ ਦੁਕਾਨ ਸਾੜੀ ਗਈ ਔਰ ਬੜੀ ਦੁਨੀਆ ਨੇ ਡਿਮਾਂਡ ਕੀਤੀ ਕਿ ਜੇ ਉਹਨੇ ਮਾਰਿਆ ਤੇ ਉਹਦੇ ਉੱਤੇ ਪਰਚਾ ਹੋ ਗਿਆ ਜਿਨ੍ਹਾਂ ਲੋਕਾਂ ਨੇ ਦੀ ਦੁਕਾਨ ਸਾੜੀ ਆ ਉਹਨਾਂ ਦੇ ਉੱਤੇ ਵੀ ਪਰਚਾ ਹੋਣਾ ਚਾਹੀਦਾ ਵਾ ਤੇ ਆਪਾਂ ਤੇ ਸੰਦੀਪ ਸੰਨੀ ਲਈ ਵੀ ਕੋਈ ਧਰਨਾ ਨਹੀਂ ਦਿੱਤਾ ਤੇ ਕੋਈ ਪ੍ਰਾਲਾ ਨਹੀਂ ਕੀਤਾ ਤੇ ਕੋਈ ਆਵਾਜ਼ ਨਹੀਂ ਚੁੱਕੀ ਤੇ ਕੋਈ ਬਾਤ ਨਹੀਂ ਪੁੱਛੀ ਆਪਾਂ ਗੱਲ-ਗੱਲ ਤੇ ਖਾਲਿਸਤਾਨ ਕਰਦੇ ਰਹੇ ਨੇ ਖਾਲਿਸਤਾਨ ਚਾਹੀਦਾ ਖਾਲਿਸਤਾਨ ਚਾਹੀਦਾ ਵੱਖਰੀ ਹਕੂਮਤ ਚਾਹੀਦੀ ਆ ਮੈਂ ਪੁੱਛਣਾ ਚਾਹੁੰਨਾ ਭਰਾਵਾ ਤੈਨੂੰ ਖਾਲਿਸਤਾਨ ਬਣਾਉਣਾ ਕਿੱਥੇ ਆ ਖਾਲਿਸਤਾਨ ਹੋਣਾ ਕਿੱਡਾ ਕਹਿ ਕਿ 2 ਘੰਟੇ ਆ ਨੂੰ ਤੁਰਪੋ 2 ਘੰਟੇ ਆ ਨੂੰ ਤੁਰਪੋ ਉਧਰੋਂ ਤੇ ਖਾਲਿਸਤਾਨ ਤੁਹਾਡਾ ਖਤਮ ਐਡਾ ਕ ਖਾਲਿਸਤਾਨ ਹੋਊਗਾ ਸਾਡਾ ਆ ਖਾਲਸਤਾਨ ਹੋਊਗਾ ਸਾਡਾ ਇੰਨੀ ਕੁ ਮਤਲਬ ਉਹਦਾ ਜਿਹੜਾ ਏਰੀਆ ਹੋਊਗਾ ਅੰਮ੍ਰਿਤ ਸੰਚਾਰ ਤੁਸੀਂ ਕਰਾਉਂਦੇ ਹੋ ਵਧੀਆ ਨਸ਼ਾ ਛਡਾਉ ਤੁਸੀਂ ਮਿਹਨਤ ਲਾਈਓ ਵਧੀਆ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਤੁਹਾਡੀ ਮਿਹਨਤੋਂ ਨਸ਼ਾ ਛੱਡਣਾ ਤੇ ਕਿੰਨਿਆਂ ਨੇ ਅੰਮ੍ਰਿਤ ਛੱਕੇ ਜਿਹੜਾ ਉਹ ਨਿਭਾਉਣਾ ਵਾ ਇਹ ਸਮਾਂ ਦੱਸੂਗਾ ਮੈਂ ਇਹਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ ਆਪਾਂ ਗੱਲ ਗੱਲ ਦੇ ਉੱਤੇ ਆਪਾਂ ਚੀਜ਼ਾਂ ਦਾ ਨਤਾਰਾ ਤੇ ਕਰੀਏ ਉਹਦੇ ਰਿਜ਼ਲਟ ਕੀ ਆ ਰਹੇ ਨੇ ਯਾਰ ਆਪਾਂ ਮੇ ਤੁਸ਼ਾ ਨੂੰ ਮੋਦੀ ਨੂੰ ਗਾਲਾਂ ਕੱਢੀ ਜਾਂਦੇ ਆ ਸਿਰਫ ਇਹ ਸਾਬਤ ਕਰਨ ਲਈ ਕਿ ਮੈਂ ਏਜੰਸੀਆਂ ਦਾ ਤੇ ਕੇਂਦਰ ਦਾ ਬੰਦਾ ਨਹੀਂ ਹੈਗਾ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਵੀ ਇੰਨਾ ਗਾਲਾਂ ਦਾ ਗੁੱਸਾ ਉਹ ਪੰਜਾਬ ਦੇ ਉੱਤੇ ਕੱਢਦੇ ਨੇ ਦੂਜੀ ਚੀਜ਼ ਮੈਂ ਨਹੀਂ ਤੈਨੂੰ ਕਹਿੰਦਾ ਕਿ ਤੂੰ ਏਜੰਸੀਆਂ ਦਾ ਬੰਦਾ ਵਾਂ ਪਰ ਮੈਂ ਤੈਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਇੰਨੀ ਕਿ ਮੇਰੀ ਉਮਰ ਤੇ ਇੰਨਾ ਕਿ ਮੇਰਾ ਤਜਰਬਾ ਹੋ ਗਿਆ ਵਾ ਕਿ ਏਜੰਸੀਆਂ ਜਿਹਨੂੰ ਵਰਤਣਾ ਹੁੰਦਾ ਨਾ ਕਦੀ ਉਹਦੇ ਨਾਲ ਮੀਟਿੰਗਾਂ ਨਹੀਂ ਕਰਦੀਆਂ ਬਲਕਿ ਉਹ ਮਾਹੌਲ ਹੀ ਇਹੋ ਜਿਹਾ ਕ੍ਰੀਏਟ ਕਰਦੀਆਂ ਔਰ ਮਾਈਂਡ ਹੀ ਬੰਦੇ ਦਾ ਇਹੋ ਜਿਹਾ ਸੈੱਟ ਕਰਦੀਆਂ ਵਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕਦੋਂ ਏਜੰਸੀਆਂ ਕੋਲ ਵਰਤਿਆ ਗਿਆ ਵਾ ਕਦੋਂ ਉਹ ਏਜੰਸੀਆਂ ਦੇ ਹੱਥਾਂ ਦੇ ਵਿੱਚ ਖੇਡ ਕਿ 2024 ਚੋਣਾਂ ਤੱਕ ਤਿੰਨੋਂ ਏਜੰਸੀਆਂ ਨੇ ਪੀਕ ਦੇ ਉੱਤੇ ਚੜਾਉਣਾ ਟੀਸੀ ਦੇ ਉੱਤੇ ਖੰਡ ਗਏ ਔਰ ਚੋਣਾਂ ਤੋਂ ਪਹਿਲਾਂ-ਪਹਿਲਾਂ ਤੇਰੇ ਤੇ ਕਾਰਵਾਈ ਕਰਕੇ ਨਾ ਜਿੱਦਾਂ ਉਹਨਾਂ ਪਲਵਾਮਾ ਵਾਲਾ ਕਾਂਡ ਹੋਇਆ ਸੀਗਾ ਉਹਦੇ ਉਹਦੇ ਸਿਰ ਤੇ ਦੇਸ਼ ਜਿੱਤ ਲਿਆ ਸੀਗਾ ਇਸੇ ਤਰੀਕੇ ਉਹ ਪੂਰਾ ਦੇਸ਼ ਜਿੱਤਣਗੇ ਅਮਰਤਪਾਲ ਖੁਦ ਸੋਚ ਯਾ ਰੱਬ ਤੈਨੂੰ ਕਿਤੇ ਸਮੱਤ ਬਖਸ਼ੇ ਜਿਸ ਦਿਨ 2 ਦਿਨ ਦਾ ਸਮਿਟ ਇਨਵੈਸਟਮੈਂਟ ਸੀਗਾ ਪੰਜਾਬ ਦੇ ਵਿੱਚ ਉਹ 2 ਦਿਨ ਦੁਨੀਆ ਦੇ ਵੱਡੇ ਵੱਡੇ ਵਪਾਰੀ ਭਾਰਤ ਦੇ ਵਿੱਚੋਂ ਇੱਥੇ ਆਏ ਸੀਗੇ ਜਿਨ੍ਹਾਂ ਨੇ ਪੰਜਾਬ ਚ ਇਨਵੈਸਟ ਕਰਨ ਦਾ ਸੋਚਣਾ ਸੀਗਾ ਕੱਲੀ ਤੇਰੀ ਘਟਨਾ ਨਹੀਂ ਹੋਈ ਉਸ ਦਿਨ ਉਸ ਦਿਨ 2 ਘਟਨਾਵਾਂ ਹੋਈਆਂ ਪੰਜਾਬ ਦੇ ਵਿੱਚ ਜਦੋਂ ਸਾਰੇ ਵਪਾਰੀ ਪੰਜਾਬ ਦੇ ਵਿੱਚ ਸੀਗਾ ਇੱਕ ਅਜਨਾਲੇ ਵਾਲੀ ਜਿਹੜੀ ਤੂੰ ਕੀਤੀ ਦੂਜੀ ਗਵਰਨਰ ਦੀ ਸਟੇਟਮੈਂਟ ਆਉਂਦੀ ਆ ਰਿਫਿਊਜ਼ ਕਰ ਦਿੰਦਾ ਬਜਟ ਸੈਸ਼ਨ ਨੂੰ ਵੀ ਮੈਂ ਬਜਟ ਸੈਸ਼ਨ ਹੀ ਨਹੀਂ ਬੁਲਾਉਣ ਦੇਣਾ ਕੀ ਉਹਨਾਂ ਵਪਾਰੀਆਂ ਦੇ ਮਨ ਦੇ ਉੱਤੇ ਬੀਤੀ ਹੋਊਗੀ ਤੇਰੀ ਘਟਨਾ ਦੇ ਨਾਲ ਸਿਕਿਉਰਿਟੀ ਕਰਕੇ ਤੇ ਉਧਰ ਫਾਈਨੈਂਸ਼ੀਅਲ ਸਿਕਿਉਰਿਟੀ ਕਰਕੇ ਆ ਉਹਨਾਂ ਦੇ ਦਿਮਾਗ 'ਚ ਬਹਿ ਗਿਆ ਹੋਊਗਾ ਤੇ ਕੀ ਸਵਾਦ ਏਖੇ ਯਾਰ ਉਹ ਪੰਜਾਬ ਦੇ ਵਿੱਚ ਪੈਸੇ ਲਾਉਣਗੇ